अगर साडा ये चैनल तुसी अजे तक सबसक्राइब नहीं किया है तो इस नू तुरंत स्क्रीन दे दिखाए अनुसार सबसक्राइब कर लो अते घंटी दे निशान नू भी दबा दिओ ताकि जदो भी असी कोई वीडियो अपलोड करिए तां तुहानू पता लग सके। नमस्कार जी, मैं हाँ तुहाडा अपना बलविंदर हाली ते तुसी देख रहे हो पंजाब ने। देश विदेश के दर्शकों का स्वागत करते हैं ते शुरू करते हैं अज्ज दा प्रोग्राम। पहला चोणवियां खबरां, पहाड़ां ते बर्फबारी मैदानां विच मी, श्रोमणी कमेटी तकनीक नाल धार्मिक प्रचार करेगी, गुरमत प्रचार लहर संबंधी एकत्रता विच लए गए फैसले, पंजाब दीआं 9 जिलां विच 1630 कैदी HIV पॉजिटिव, दिल्ली विच साबका विधायक फिर गए हाईकोर्ट, पटीशन ते अज सुनवाई करेगी अदालत, DDCA विवाद विच केजरीवाल नूं सबूत पेश करन दा अधिकार, नवें साल विच कैप्टन दी तीजी मुश्किल, अमृतसर मेयर दी चोण ते सौं चुक समागम विच नहीं गए नवजोत सिद्धू, मनप्रीत बादल ने आख्या किसानां दे खुदकुशी मामले विच पंजाब बना सकदा है क्रॉप्स फंड, सियासी आगुआं दी मदद नाल डेरा मुखी नूं बचाउणा चाहुंदे सन उस दे खास पैरोकार। हुण खबरां दी विस्थार। ਨਿੰਦਰ ਕੁਗਿਆਨਵੀ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਕਹਿੰਦਾ। ਪੰਜਾਬ 'ਚ ਪਟਿਆਲਾ ਅਤੇ ਅੰਮ੍ਰਿਤਸਰ ਸਾਹਿਬ ਵਿਖੇ ਮੇਅਰਾਂ ਦੀ ਚੋਣ ਹੋਈ ਹੈ। ਅੰਮ੍ਰਿਤਸਰ ਸਾਹਿਬ ਅਤੇ ਮੇਅਰ ਦੀ ਚੋਣ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਪਾਸੇ ਕਰਨ ਕਰਕੇ ਮੁੱਦਾ ਤੂਲ ਫੜ ਗਿਆ। ਸਿੱਧੂ ਦੀ ਕੈਪਟਨ ਅਮਰਿੰਦਰ ਸਿੰਘ ਨਾਲ ਨਾਰਾਜ਼ਗੀ ਦੀਆਂ ਖਬਰਾਂ ਸੋਸ਼ਲ ਮੀਡੀਆ 'ਤੇ ਨਸ਼ਰ ਹੋ ਰਹੀਆਂ ਨੇ। ਪਟਿਆਲਾ ਦੇ ਮੇਅਰ ਦੀ ਚੋਣ ਵਿੱਚ ਸੰਜੀਵ ਬਿੱਟੂ ਬਣ ਗਏ ਨੇ ਮੇਅਰ, ਉਹਨਾਂ ਨੂੰ ਚੁਣਿਆ ਗਿਆ ਹੈ। ਕਰਮਜੀਤ ਸਿੰਘ ਬਿੱਟੂ ਅਮਰ ਸਿੰਘ ਦੇ ਮੇਅਰ ਚੁਣੇ ਗਏ ਨੇ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਨਵੇਂ ਸਾਲ ਵਿੱਚ ਤੀਜੀ ਮੁਸ਼ਕਲ ਖੜੀ ਹੋ ਗਈ ਹੈ। ਰਾਣਾ ਗੁਰਜੀਤ ਦੇ ਕੈਬਨਿਟ ਤੋਂ ਅਸਤੀਫੇ ਤੇ ਕੈਬਨਿਟ ਦੇ ਸਭ ਤੋਂ ਭਰੋਸੇਯੋਗ ਪ੍ਰਿੰਸੀਪਲ ਚੀਫ ਸਕੱਤਰ ਸੁਰੇਸ਼ ਕੁਮਾਰ ਦੇ ਅਸਤੀਫੇ ਤੋਂ ਬਾਅਦ ਤੀਜਾ ਵਿਵਾਦ ਨਵਜੋਤ ਸਿੰਘ ਸਿੱਧੂ ਦੀ ਨਾਰਾਜ਼ਗੀ ਦੇ ਰੂਪ ਵਿੱਚ ਸਾਹਮਣੇ ਆਇਆ ਹੈ। ਤਿੰਨ ਨਗਰ ਨਿਗਮ ਦੇ ਮੇਅਰ ਦੀ ਚੋਣ ਪ੍ਰਕਿਰਿਆ ਤੋਂ ਦੂਰ ਰੱਖੇ ਗਏ ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ ਮੇਅਰ ਦੀ ਚੋਣ ਅਤੇ ਕੌਂਸਲਰਾਂ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਨਹੀਂ ਹੋਏ, ਜਦਕਿ ਇਹਨਾਂ ਨੂੰ ਮਨਾਉਣ ਲਈ ਸੂਬਾ ਕਾਂਗਰਸ ਪ੍ਰਧਾਨ ਨੇ ਪੰਚਾਇਤ ਮੰਤਰੀ ਨੂੰ ਉਹਨਾਂ ਦੇ ਘਰ ਭੇਜਿਆ ਸੀ। ਨਵਜੋਤ ਸਿੰਘ ਸਿੱਧੂ ਜਿੱਥੇ ਤੱਕ ਅੰਮ੍ਰਿਤਸਰ ਈਸਟ ਵਿਧਾਨ ਸਭਾ ਇਲਾਕੇ ਦੇ ਵਿਧਾਇਕ ਨੇ, ਉੱਥੇ ਉਹ ਸਥਾਨਕ ਸਰਕਾਰਾਂ ਦੇ ਮੰਤਰੀ ਆ, ਲੇਕਿਨ ਉਹਨਾਂ ਦੀ ਸੂਬੇ ਵਿੱਚ ਮੇਅਰ ਦੀ ਚੋਣ ਪ੍ਰਕਿਰਿਆ ਤੋਂ ਦੂਰ ਰੱਖਿਆ ਗਿਆ। ਇੱਥੇ ਤੱਕ ਕਿ ਉਹਨਾਂ ਦੇ ਸ਼ਹਿਰ ਅਤੇ ਮੇਅਰ ਅਤੇ ਕੌਂਸਲਰਾਂ ਨਾਲ ਸਹੁੰ ਚੁੱਕ ਸਮਾਗਮ ਵਿੱਚ ਵੀ ਨਹੀਂ ਬੁਲਾਇਆ ਗਿਆ ਅਤੇ ਇਸ ਲਈ ਉਹ ਨਾਰਾਜ਼ ਨੇ ਅਤੇ ਸੋਮਵਾਰ ਨੂੰ ਉਹਨਾਂ ਆਪਣੀ ਨਾਰਾਜ਼ਗੀ ਜ਼ਾਹਰ ਕਰ ਦਿੱਤੀ ਸੀ। ਮੇਅਰ ਦੀ ਚੋਣ ਵਿੱਚ ਉਹ ਸਖ਼ਤ ਰਵੱਈਏ ਨਾਲ ਪਾਰਟੀ ਦੇ ਵਿਰੋਧ ਵਿੱਚ ਉੱਤਰ ਆਏ। ਸਿੱਧੂ ਨੇ ਇਕੱਲਿਆਂ ਰੋਸ ਪ੍ਰਗਟ ਨਹੀਂ ਕੀਤਾ, ਬਲਕਿ ਉਹਨਾਂ ਦੇ ਨਾਲ 17 ਕਾਂਗਰਸੀ ਕੌਂਸਲਰ ਵੀ ਉਹਨਾਂ ਦੀ ਹਮਾਇਤ 'ਤੇ ਚਲੇ ਗਏ। ਉਹਨਾਂ ਸਹੁੰ ਚੁੱਕ ਸਮਾਗਮ ਦਾ ਖੁੱਲ੍ਹੇ ਤੌਰ 'ਤੇ ਬਾਈਕਾਟ ਕਰ ਦਿੱਤਾ। ਸਿੱਧੂ ਦੇ ਇਹਨਾਂ ਤੇਵਰਾਂ ਤੋਂ ਇਹ ਸੰਕੇਤ ਮਿਲਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨਾਲ ਆਰ ਪਾਰ ਦੀ ਲੜਾਈ ਦੇ ਮੂਡ ਵਿੱਚ ਨੇ। ਆਉਣ ਵਾਲੇ ਕੁਝ ਦਿਨਾਂ ਵਿੱਚ ਇਹ ਟਕਰਾਅ ਪੰਜਾਬ ਦੀ ਸਿਆਸਤ ਵਿੱਚ ਨਵੇਂ ਸਮੀਕਰਨ ਖੜ੍ਹੇ ਕਰ ਸਕਦਾ ਹੈ। ਕਾਂਗਰਸ ਸੂਬਾ ਇਕਾਈ ਤੋਂ ਮਿਲੀ ਜਾਣਕਾਰੀ ਅਨੁਸਾਰ ਨਵਜੋਤ ਸਿੰਘ ਸਿੱਧੂ ਦੀ ਨਾਰਾਜ਼ਗੀ ਦੂਰ ਕਰਨ ਲਈ ਪਾਰਟੀ ਪ੍ਰਧਾਨ ਨੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੂੰ ਸਿੱਧੂ ਦੇ ਘਰ ਭੇਜਿਆ ਸੀ, ਜੋ ਉਹਨਾਂ ਨੂੰ ਸਹੁੰ ਚੁੱਕ ਸਮਾਗਮ ਵਿੱਚ ਆਉਣ ਦਾ ਸੱਦਾ ਦੇਣ ਗਏ, ਲੇਕਿਨ ਸਿੱਧੂ ਨੇ ਉਹਨਾਂ ਨੂੰ ਖਾਲੀ ਹੱਥ ਵਾਪਸ ਭੇਜ ਦਿੱਤਾ। ਸਿੱਧੂ ਨੂੰ ਮੇਅਰ ਚੋਣ ਦੀ ਪ੍ਰਕਿਰਿਆ ਤੋਂ ਦੂਰ ਕਿਉਂ ਰੱਖਿਆ ਗਿਆ, ਇਸ ਸਵਾਲ ਦਾ ਜਵਾਬ ਦੇਣ ਤੋਂ ਸਾਰੇ ਕਾਂਗਰਸੀ ਬਚ ਰਹੇ ਨੇ। ਅੰਮ੍ਰਿਤਸਰ ਵਿਖੇ ਮੇਅਰ ਦੀ ਤਾਜਪੋਸ਼ੀ ਵਿੱਚ 15 ਕੌਂਸਲਰਾਂ ਨੇ ਸ਼ਮੂਲੀਅਤ ਨਾ ਕਰਦੇ ਆਖਿਆ ਕਿ ਲਾੜਾ ਤਾਂ ਸਿੱਧੂ ਹੈ, ਅਸੀਂ ਤਾਂ ਬਰਾਤੀ ਹਾਂ। ਉਹਨਾਂ ਆਖਿਆ ਕਿ ਜਦੋਂ ਤਾਜਪੋਸ਼ੀ ਵਿੱਚ ਸਾਡੇ ਲੀਡਰ ਨੂੰ ਨਹੀਂ ਬੁਲਾਇਆ ਗਿਆ ਤਾਂ ਅਸੀਂ ਕਿਉਂ ਜਾਈਏ। ਅੰਮ੍ਰਿਤਸਰ ਦੇ ਮੇਅਰ ਕਰਮਜੀਤ ਸਿੰਘ ਰਿੰਟੂ ਨੂੰ ਅਹੁਦਾ ਦਿੱਤਾ ਗਿਆ ਹੈ। ਮੰਨਿਆ ਜਾ ਰਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜੱਟ ਸਿੱਖ ਨੂੰ ਮੇਅਰ ਚੁਣ ਕੇ ਸਥਾਨਕ ਸਰਕਾਰਾਂ ਵਿਭਾਗ ਨਵਜੋਤ ਸਿੰਘ ਸਿੱਧੂ ਨੂੰ ਚੁਣੌਤੀ ਦਿੱਤੀ ਹੈ। ਉੱਥੇ ਸਿੱਧੂ ਖੁਦ ਤਾਂ ਸਮਾਗਮ ਵਿੱਚ ਨਹੀਂ ਪਹੁੰਚੇ ਤੇ ਨਾਲ ਹੀ 15 ਸਮਰਥਕਾਂ ਵੀ ਉਸ ਪ੍ਰੋਗਰਾਮ ਦਾ ਉਹ ਬਾਈਕਾਟ ਕਰ ਚੁੱਕੇ ਨੇ। ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਜਿਹੜੇ ਸੰਗਰੂਰ ਤੋਂ ਸੰਸਦ ਮੈਂਬਰ ਹੈ, ਉਹਨਾਂ ਨੇ ਕਿਹਾ ਕਿ 2019 ਦੀ ਲੋਕ ਸਭਾ ਚੋਣ ਸੰਗਰੂਰ ਤੋਂ ਹੀ ਮੈਂ ਲੜਾਂਗਾ। ਹਲਕਾ ਭਦੌੜ ਦੇ 8 ਪਿੰਡਾਂ ਦੇ ਦੌਰੇ ਕੀਤੇ ਔਰ ਆਪਣੇ ਨਾਲ ਤਹਿਤ ਪ੍ਰੋਗਰਾਮ ਸਪਾਲ ਕਲਾਂ 'ਚ ਉਹਨਾਂ ਕਿਹਾ ਕਿ ਸੰਗਰੂਰ ਦੇ 2.5 ਲੱਖ ਵੋਟਾਂ ਨਾਲ ਜਿਤਾ ਕੇ ਉਹਨਾਂ ਨੂੰ ਜੋ ਭਰੋਸਾ ਪ੍ਰਗਟ ਕੀਤਾ ਉਹ ਭਰੋਸੇ ਨੂੰ ਨਹੀਂ ਤੋੜਨਗੇ। ਪੰਜਾਬ ਵਜ਼ਾਰਤ ਦੀ ਅੱਜ ਹੋਣ ਵਾਲੀ ਅਹਿਮ ਮੀਟਿੰਗ ਵਿੱਚ ਪੰਜਾਬ ਦੇ ਖੇਤੀਬਾੜੀ ਟਿਊਬਵੈੱਲਾਂ ਅਤੇ ਬਿਜਲੀ ਮੀਟਰ ਲਾਉਣ, ਗ੍ਰਹਿ ਵਿਭਾਗ ਦੇ ਇੱਕ ਮਾਮਲੇ ਵਿੱਚ, ਵਿੱਤ ਵਿਭਾਗ ਅਤੇ ਯੋਜਨਾ ਵਿਭਾਗ ਦੇ ਪੁਨਰਗਠਨ ਸਮੇਤ ਕਈ ਹੋਰ ਏਜੰਡਿਆਂ 'ਤੇ ਫੈਸਲੇ ਲਏ ਜਾਣ ਦੀ ਆਸ ਹੈ। ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਸੁਝਾਅ ਦਿੱਤਾ ਕਿ ਕਿਸਾਨਾਂ ਦੀ ਆਤਮ ਹੱਤਿਆ ਦੇ ਮਾਮਲੇ ਵਿੱਚ ਪੀੜਤ ਪਰਿਵਾਰਾਂ ਦੀ ਮਦਦ ਲਈ ਇੱਕ ਕ੍ਰੌਪਸ ਫੰਡ ਤਿਆਰ ਕੀਤਾ ਜਾਵੇ। ਨਵੀਂ ਦਿੱਲੀ ਵਿੱਚ ਖਜ਼ਾਨਾ ਮੰਤਰੀਆਂ ਦੀ ਮੀਟਿੰਗ ਵਿੱਚ ਮਨਪ੍ਰੀਤ ਬਾਦਲ ਨੇ ਇਹ ਸੁਝਾਅ ਰੱਖਦਿਆਂ ਹੋਇਆਂ ਕਿਹਾ ਕਿ ਕੇਂਦਰ ਸਰਕਾਰ ਇਸ ਫੰਡ ਵਿੱਚ ਪੈਸਾ ਜੁਟਾਉਣ ਦੇ ਲਈ 5 ਲੱਖ ਰੁਪਏ ਤੋਂ ਵੱਧ ਆਮਦਨ ਵਾਲੀ ਨਾਗਰਿਕਾਂ 'ਤੇ 0.5% ਟੈਕਸ ਲਾ ਸਕਦੀ ਹੈ। ਮਨਪ੍ਰੀਤ ਬਾਦਲ ਨੇ ਦੱਸਿਆ ਕਿ ਕੇਂਦਰ ਸਰਕਾਰ ਜੇਕਰ ਪਹਿਲ ਕਰਦੀ ਹੈ ਤਾਂ ਪੂਰੇ ਦੇਸ਼ ਵਿੱਚ ਕਿਸਾਨਾਂ ਦੇ ਪੀੜਤ ਪਰਿਵਾਰਾਂ ਦੀ ਮਦਦ ਕੀਤੀ ਜਾ ਸਕੇਗੀ। ਘੱਟ ਆਮਦਨ ਵਾਲੇ ਕਿਸਾਨਾਂ ਨੂੰ
ਖੇਤੀ ਲਈ ਵੀ ਸਹਿਯੋਗ ਦਿੱਤਾ ਜਾ ਸਕੇਗਾ। ਉਹਨਾਂ ਆਖਿਆ ਕਿ ਪੰਜਾਬ ਵਿੱਚ ਹੁਣ ਤੱਕ ਦੋ ਸਰਵੇਖਣਾਂ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਬੀਤੇ ਸਾਲ ਦੌਰਾਨ ਤੇ ਬੀਤੇ 10 ਸਾਲਾਂ ਦੌਰਾਨ ਕਰੀਬ 10,000 ਕਿਸਾਨਾਂ ਨੇ ਆਤਮ ਹੱਤਿਆ ਕੀਤੀ ਤੇ ਉਹਨਾਂ ਦੇ ਪਰਿਵਾਰਾਂ ਦੀ ਮਦਦ ਲਈ ਪੰਜਾਬ ਸਰਕਾਰ ਐਸਾ ਕ੍ਰੌਪਸ ਫੰਡ ਤਿਆਰ ਕਰੇਗੀ। ਮਨਪ੍ਰੀਤ ਬਾਦਲ ਨੇ ਆਖਿਆ ਕਿ ਸਰਕਾਰ ਕਿਸਾਨਾਂ ਦੀ ਮਦਦ ਲਈ ਹਰ ਸੰਭਵ ਮਦਦ ਤੇ ਕਦਮ ਚੁੱਕ ਰਹੀ ਹੈ ਤੇ ਕਿਸਾਨਾਂ ਦੇ ਆਤਮ ਹੱਤਿਆ ਦੇ ਮਾਮਲਿਆਂ ਵਿੱਚ ਸਭ ਤੋਂ ਵੱਡੀ ਦਿੱਕਤ ਇਹ ਹੈ ਕਿ ਕਿਸੇ ਸਮਾਂ ਸੀਮਾ ਤੋਂ ਪ੍ਰਭਾਵਿਤ ਕਿਸਾਨ ਪਰਿਵਾਰਾਂ ਦੀ ਮਦਦ ਲਈ ਨੀਤੀ ਬਣਾਈ ਜਾਵੇ। ਉਹਨਾਂ ਆਖਿਆ ਕਿ ਪੰਜਾਬ ਵਿੱਚ ਐਸੇ ਫਸਲ ਫੰਡ ਬਣਾਉਣ ਦੀ ਵੀ ਗੱਲ ਨੂੰ ਜੇਕਰ ਪੰਜਾਬ ਸਰਕਾਰ ਇਸ ਸਿਲਸਿਲੇ ਵਿੱਚ ਕਦਮ ਚੁੱਕਦੀ ਹੈ ਤਾਂ ਸਾਲ 2016 ਵਿੱਚ ਕੈਪਟਨ ਸਰਕਾਰ ਦੇ ਗਠਨ ਤੋਂ ਬਾਅਦ ਪੰਜਾਬ ਵਿੱਚ ਆਤਮ ਹੱਤਿਆ ਕਰ ਚੁੱਕੇ ਕਿਸਾਨਾਂ ਦੇ ਪਰਿਵਾਰਾਂ ਲਈ ਮਦਦ ਨੂੰ ਲੈ ਕੇ ਅਲੱਗ ਤੋਂ ਯਤਨ ਕੀਤੇ ਜਾ ਸਕਣਗੇ। ਹਰਿਆਣੇ ਵਿੱਚ ਹੁਣ ਸ਼੍ਰੋਮਣੀ ਅਕਾਲੀ ਦਲ ਵਿਧਾਨ ਸਭਾ ਚੋਣਾਂ ਇਕੱਲਿਆਂ ਲੜੇਗਾ ਤੇ ਤਕੜੀ ਦੇ ਨਿਸ਼ਾਨ ਤੇ ਚੋਣਾਂ ਲੜੀਆਂ ਜਾਣਗੀਆਂ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਆਖਿਆ ਕਿ ਇਸ ਤੋਂ ਪਹਿਲਾਂ ਅਕਾਲੀ ਦਲ ਇੰਡੀਅਨ ਨੈਸ਼ਨਲ ਲੋਕਦਲ ਨਾਲ ਮਿਲ ਕੇ ਚੋਣਾਂ ਲੜਦਾ ਸੀ। ਸੁਖਬੀਰ ਬਾਦਲ ਨੇ ਆਖਿਆ ਕਿ ਅਕਾਲੀ ਦਲ ਹੁਣ ਹਰਿਆਣੇ ਵਿੱਚ ਇਕੱਲੀਆਂ ਚੋਣਾਂ ਲੜੇਗਾ। ਉਹਨਾਂ ਆਖਿਆ ਕਿ ਉੱਥੇ SGPC ਦਾ ਚੰਗਾ ਆਧਾਰ ਹੈ ਤੇ ਹਰਿਆਣੇ ਦੇ ਲੋਕ ਉਹਨਾਂ ਨੂੰ ਸਮਰਥਨ ਦੇਣਗੇ। ਉਹਨਾਂ ਆਖਿਆ ਕਿ ਚੋਣਾਂ ਤੋਂ ਬਾਅਦ ਹੀ ਕਿਸੇ ਨਾਲ ਗੱਠਜੋੜ ਬਾਰੇ ਸੋਚਿਆ ਜਾਏਗਾ। ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ BJP ਨਾਲ ਮਿਲ ਕੇ ਚੋਣ ਲੜਦਾ ਹੈ। ਹਰਿਆਣੇ ਵਿੱਚ ਅਕਾਲੀ ਦਲ BJP ਖਿਲਾਫ ਚੋਣ ਲੜੇਗਾ। ਹੁਣ ਦੇਖਣਾ ਹੋਏਗਾ ਕਿ 2019 ਦੀਆਂ ਲੋਕ ਸਭਾ ਚੋਣਾਂ ਤੱਕ ਅਕਾਲੀ ਦਲ BJP ਨਾਲ ਗੱਠਜੋੜ ਰਹਿੰਦਾ ਜਾਂ ਨਹੀਂ। ਲਾਭ ਵਾਲੇ ਅਹੁਦੇ ਦੇ ਆਧਾਰ ਤੇ ਵਿਧਾਨ ਸਭਾ ਦੀ ਮੈਂਬਰਸ਼ਿਪ ਗਵਾ ਦੇਣ ਵਾਲੇ ਆਮ ਆਦਮੀ ਪਾਰਟੀ ਦੇ 20 ਵਿਧਾਇਕਾਂ ਨੇ ਇੱਕ ਵਾਰ ਫਿਰ ਦਿੱਲੀ ਹਾਈਕੋਰਟ ਦਾ ਦਰਵਾਜ਼ਾ ਖਟਕਾਇਆ। ਉਹਨਾਂ ਅਯੋਗਤਾ ਤੈਅ ਕਰਨ ਵਾਲੇ ਨੋਟੀਫਿਕੇਸ਼ਨ ਨੂੰ ਨਾਜਾਇਜ਼ ਅਤੇ ਅਨੈਤਿਕ ਦੱਸਦਿਆਂ ਹਾਈਕੋਰਟ ਤੋਂ ਉਸ ਨੂੰ ਰੱਦ ਕਰਨ ਦੀ ਮੰਗ ਕੀਤੀ। ਦਾਇਰ ਪਟੀਸ਼ਨ ਵਿੱਚ ਆਖਿਆ ਗਿਆ ਕਿ ਉਹ ਫਰਵਰੀ 2015 ਤੋਂ ਵਿਧਾਇਕ ਚੁਣੇ ਗਏ। 13 ਮਾਰਚ 2015 ਵਿੱਚ ਉਹਨਾਂ ਨੂੰ ਸੰਸਦੀ ਸਕੱਤਰ ਬਣਾਇਆ ਗਿਆ, ਲੇਕਿਨ ਮਿਨਿਸਟਰੀ ਆਫ ਟੂਰਿਜ਼ਮ ਵਿੱਚ ਸੰਸਦੀ ਸਕੱਤਰ ਦੇ ਤੌਰ ਤੇ ਨਿਯੁਕਤੀ ਲਾਭ ਵਾਲੇ ਅਹੁਦੇ ਦੇ ਦਾਇਰੇ ਵਿੱਚ ਨਹੀਂ ਆਉਂਦੀ, ਕਿਉਂਕਿ ਇਸ ਅੰਦਰ ਕੋਈ ਵਿਸ਼ੇਸ਼ ਲਾਭ ਜਾਂ ਹੋਰ ਕੋਈ ਸੁਵਿਧਾ ਸ਼ਾਮਲ ਨਹੀਂ। ਉਹਨਾਂ ਦੋਸ਼ ਲਾਇਆ ਕਿ ਚੋਣ ਕਮਿਸ਼ਨ ਨੇ ਨੈਚੁਰਲ ਜਸਟਿਸ ਦੇ ਨਿਯਮਾਂ ਦੀ ਉਲੰਘਣਾ ਕਰਦਿਆਂ ਆਪਣੀ ਰਾਏ ਕਾਇਮ ਕਰ ਲਈ। ਆਯੋਗ ਨੇ ਵਿਅਕਤੀਗਤ ਰੂਪ ਵਿੱਚ ਉਹਨਾਂ ਨੂੰ ਸੁਣਨ ਦਾ ਮੌਕਾ ਨਹੀਂ ਦਿੱਤਾ, ਸਿਰਫ ਲਿਖਤੀ ਰੂਪ ਵਿੱਚ ਭੇਜੇ ਗਏ ਜਵਾਬ ਦੇ ਆਧਾਰ ਤੇ ਫੈਸਲਾ ਲਿਆ। ਜ਼ਿਮਨੀ ਚੋਣਾਂ ਦੀ ਤਿਆਰੀ ਸੰਬੰਧੀ ਉਹਨਾਂ ਆਖਿਆ ਕਿ ਪਹਿਲੀ ਗੱਲ ਤਾਂ ਇਹ ਹੈ ਕਿ ਜਦੋਂ ਅਦਾਲਤ ਦੇ ਸਾਹਮਣੇ ਆਮ ਆਦਮੀ ਪਾਰਟੀ ਸਾਰੇ ਤੱਥ ਤੇ ਨਿਯਮਾਂ ਨੂੰ ਰੱਖੇਗੀ ਤਾਂ ਜ਼ਿਮਨੀ ਚੋਣ ਦੀ ਨੌਬਤ ਨਹੀਂ ਆਏਗੀ। ਦਿੱਲੀ ਸਰਕਾਰ ਆਪਣਾ ਕੰਮ ਕਰ ਰਹੀ ਹੈ। ਉਹਨਾਂ ਆਖਿਆ ਕਿ ਲੋਕ ਹੁਣ BJP ਕਾਂਗਰਸ ਦੀ ਸਾਜਿਸ਼ ਨੂੰ ਜਾਣਦੇ ਆ ਤੇ ਉਹਨਾਂ ਨੂੰ ਪਤਾ ਹੈ ਕਿ ਇਹ ਪਾਰਟੀਆਂ ਕਦੋਂ ਤੋਂ ਸਾਜਿਸ਼ ਰਚ ਸਕਦੀਆਂ। ਇਹੀ ਕਾਰਨ ਹੈ ਕਿ ਆਮ ਆਦਮੀ ਪਾਰਟੀ ਨੂੰ ਇੰਨੀਆਂ ਜ਼ਿਆਦਾ ਸੀਟਾਂ ਮਿਲੀਆਂ ਤੇ ਸਰਕਾਰ ਨੂੰ ਕੋਈ ਖਤਰਾ ਨਹੀਂ ਹੋਏਗਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਮਤਿ ਪ੍ਰਚਾਰ ਲਹਿਰ ਨੂੰ ਪ੍ਰਚੰਡ ਕਰਨ ਸੰਬੰਧੀ ਬੁਲਾਰੇ ਨੇ ਧਰਮ ਪ੍ਰਚਾਰ ਕਾਰਜਾਂ ਨੂੰ ਹੋਰ ਬਲ ਦੇਣ ਲਈ ਖੁੱਲ੍ਹ ਕੇ ਸੁਝਾਅ ਦਿੱਤੇ, ਕਮਜ਼ੋਰੀਆਂ ਨੂੰ ਦੂਰ ਕਰਨ ਬਾਰੇ ਰਾਏ ਦਿੱਤੀ। ਆਮ ਰਾਏ ਸਾਹਮਣੇ ਆਈ ਕਿ ਵਰਤਮਾਨ ਤਕਨੀਕ ਦੀ ਵਰਤੋਂ ਕਰਕੇ ਧਰਮ ਪ੍ਰਚਾਰ ਕੀਤਾ ਜਾਵੇ। ਬੁਲਾਰੇ ਨੇ ਆਪਣੇ ਆਲੇ ਦੁਆਲੇ ਤੇ ਧਰਮ ਪ੍ਰਚਾਰ ਦੀ ਸ਼ੁਰੂਆਤ ਕਰਨ ਦੇ ਨਾਲ ਨਾਲ ਨੌਜਵਾਨਾਂ ਦੀਆਂ ਗੁਰਮਤਿ ਵਰਕਸ਼ਾਪਾਂ ਲਾਉਣ ਤੇ ਵੀ ਜ਼ੋਰ ਦਿੱਤਾ ਹੈ। ਭਾਈ ਗੋਬਿੰਦ ਸਿੰਘ ਲੌਂਗੋਵਾਲ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਆਖਿਆ ਕਿ ਗੁਰੂ ਸਾਹਿਬਾਨ ਦੇ ਫਲਸਫੇ ਨੂੰ ਪ੍ਰਚਾਰਨ ਲਈ ਸਮੁੱਚੀ ਕੌਮ ਸ਼੍ਰੋਮਣੀ ਕਮੇਟੀ ਵੱਲ ਦੇਖਦੀ ਹੈ ਤੇ ਸੰਗਤਾਂ ਦੀਆਂ ਉਮੀਦਾਂ ਤੇ ਖਰਾ ਉਤਰਨ ਲਈ ਸਮਰਪਣ ਭਾਵਨਾ ਨਾਲ ਵਿਚਰਨਾ ਪਏਗਾ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਆਖਿਆ ਕਿ ਸਿੱਖੀ ਦਾ ਪ੍ਰਚਾਰ ਕਰਨ ਸਮੇਂ ਪ੍ਰਚਾਰਕ ਸ਼੍ਰੇਣੀ ਸਮਾਜਿਕ ਸਮੱਸਿਆਵਾਂ ਨੂੰ ਵੀ ਪ੍ਰਚਾਰ ਦਾ ਹਿੱਸਾ ਬਣਾਵੇ। ਉਹਨਾਂ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੂੰ ਆਪੋ ਆਪਣੇ ਹਲਕਿਆਂ ਵਿੱਚ ਪ੍ਰਚਾਰ ਵਹੀਰ ਦੀ ਅਗਵਾਈ ਕਰਨ ਲਈ ਕਿਹਾ। ਚਮਕੌਰ ਸਾਹਿਬ ਤੋਂ ਖਬਰ। ਚਮਕੌਰ ਸਾਹਿਬ ਥਾਣੇ ਅਧੀਨ ਪੈਂਦੇ ਪਿੰਡ ਬਲਸਾਲਪੁਰ ਦੇ ਦਲਿਤ ਪਰਿਵਾਰ ਨਾਲ ਸੰਬੰਧਿਤ ਜਗਦੇਵ ਸਿੰਘ ਪੁੱਤਰ ਰਾਮ ਸਿੰਘ ਨੇ ਪਿੰਡ ਦੇ ਗੁਰਦੁਆਰੇ ਦੇ ਗ੍ਰੰਥੀ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨਾ ਦੇਣ ਦਾ ਦੋਸ਼ ਲਾਇਆ। ਉਹਨਾਂ ਕਿਹਾ ਕਿ ਉਹ ਆਪਣੇ ਪਿਤਾ ਨਮਿਤ ਅੰਤਮ ਅਰਦਾਸ ਲਈ ਪਿੰਡ ਦੇ ਹੀ ਗੁਰਦੁਆਰਾ ਸੰਤ ਬਾਬਾ ਅਮਰਦਾਸ ਵਿਖੇ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਸਰੂਪ ਲੈਣ ਗਿਆ ਸੀ, ਪਰ ਗੁਰਦੁਆਰੇ ਦੇ ਗ੍ਰੰਥੀ ਗਿਆਨੀ ਰਣਜੀਤ ਸਿੰਘ ਨੇ ਪਾਵਨ ਸਰੂਪ ਦੇਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਉਹ ਦਲਿਤ ਪਰਿਵਾਰ ਨੇ। ਚੇਤੇ ਰਹੇ ਕਿ ਧੂਰੀ ਨੇੜੇ ਪਿੰਡ ਮਾਨਵਾਲਾ ਵਿਖੇ ਵੀ ਅਜਿਹੀ ਘਟਨਾ ਦਾ ਧੂੰਆਂ ਹਾਲੇ ਤੁਖ ਰਿਹਾ। ਦਲਿਤਾਂ ਨੂੰ ਪਿੰਡ ਦੇ ਗੁਰੂ ਘਰ ਵਿੱਚੋਂ ਗੁਰੂ ਦੀ ਦੇਹ ਨਾ ਦੇਣੀ ਪਾਠ ਕਰਾਉਣ ਵਾਸਤੇ ਇਹਦਾ ਮੁੱਦਾ ਪੂਰੇ ਪੰਜਾਬ ਦੇ ਵਿੱਚ ਵੱਖ ਵੱਖ ਥਾਵਾਂ ਤੋਂ ਆਉਣ ਕਰਕੇ ਧੁਖ ਰਿਹਾ ਏ। ਸ਼੍ਰੀ ਅਕਾਲ ਤਖਤ ਸਾਹਿਬ ਸਕੱਤਰੇਤ ਵਿਖੇ ਦਿੱਤੇ ਸਪਸ਼ਟੀਕਰਨ ਦੇਣ ਬਾਰੇ ਚਰਨਜੀਤ ਸਿੰਘ ਚੱਡਾ ਨੇ ਆਖਿਆ ਕਿ ਉਹਨਾਂ ਨੂੰ ਸਾਜਿਸ਼ ਤਹਿਤ ਫਸਾਇਆ ਗਿਆ। ਉਹਨਾਂ ਨੂੰ ਪ੍ਰਧਾਨਗੀ ਤੋਂ ਹਟਾਉਣ ਲਈ ਇਹ ਸਭ ਕੀਤਾ ਗਿਆ। ਉਹਨਾਂ ਆਖਿਆ ਕਿ ਉਹਨਾਂ ਨੂੰ ਪ੍ਰਧਾਨਗੀ ਦਾ ਲਾਲਚ ਨਹੀਂ, ਪਰ ਉਹਨਾਂ ਦੇ ਬੇਟੇ ਇੰਦਰਪ੍ਰੀਤ ਸਿੰਘ ਚੱਡਾ ਦੀ ਹੋਈ ਮੌਤ ਦੇ ਇਨਸਾਫ਼ ਲਈ ਉਹ ਕਾਨੂੰਨੀ ਲੜਾਈ ਲੜਨਗੇ। ਜਹਿਦਰ ਸ਼੍ਰੀ ਅਕਾਲ ਤਖਤ ਸਾਹਿਬ ਨੇ ਆਖਿਆ ਕਿ ਚੱਡਾ ਨੂੰ ਲਾਈ ਗਈ ਸਜ਼ਾ ਨੂੰ ਨਰਮ ਨਾ ਸਮਝਿਆ ਜਾਵੇ। ਇਸ ਤੋਂ ਪਹਿਲਾਂ ਕਿਸੇ ਵੀ ਵਿਅਕਤੀ ਤੇ ਇਸ ਤਰ੍ਹਾਂ ਦਾ ਫੈਸਲਾ ਨਹੀਂ ਲਿਆ ਗਿਆ। ਜ਼ਿਕਰਯੋਗ ਹੈ ਕਿ ਚੱਡਾ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ 2 ਸਾਲ ਦੀ ਸਜ਼ਾ ਲਾਈ ਗਈ ਹੈ। ਚੱਡਾ ਦਾ ਅਸਤੀਫਾ ਆਨਰੇਰੀ ਸਕੱਤਰ ਚੀਫ ਖਾਲਸਾ ਦੀਵਾਨ ਨੂੰ ਭੇਜਿਆ ਜਾਏਗਾ। ਉਹ ਇਸ ਨੂੰ ਪ੍ਰਵਾਨ ਕਰਕੇ ਚੱਡਾ ਦੀ ਮੁੱਢਲੀ ਮੈਂਬਰਸ਼ਿਪ ਖਾਰਜ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਇਸ ਦੀ ਇਤਲਾਹ ਭੇਜਣਗੇ। ਪੰਜਾਬ ਦੀਆਂ 9 ਜੇਲ੍ਹਾਂ ਵਿੱਚ HIV ਦੇ 1630 ਮਾਮਲੇ ਸਾਹਮਣੇ ਆਉਣ ਤੋਂ ਬਾਅਦ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਹਾਈਕੋਰਟ ਦੀ ਨਿਗਰਾਨੀ ਵਿੱਚ ਕਰਾਉਣ ਲਈ ਹਾਈਕੋਰਟ ਵਿੱਚ ਜਨਹਿਤ ਪਟੀਸ਼ਨ ਦਾਖਲ ਕੀਤੀ। ਪਟੀਸ਼ਨ ਕਰਤਾ ਨੇ ਆਖਿਆ ਕਿ ਇਸ ਦਾ ਸਭ ਤੋਂ ਵੱਡਾ ਕਾਰਨ ਨਸ਼ਿਆਂ ਲਈ ਟੀਕਿਆਂ ਨੂੰ ਸਾਂਝਾ ਕਰਨਾ ਤੇ ਜਿਸਮਾਨੀ ਸੰਬੰਧ ਨੇ। ਪਟੀਸ਼ਨ
ਪੋਜ਼ਿਟਿਵ ਜੇਲ੍ਹ ਵਿੱਚ ਆਉਂਦਾ ਹੈ ਤਾਂ ਕਈ ਲੋਕਾਂ ਨੂੰ ਇਸ ਦਾ ਸ਼ਿਕਾਰ ਬਣਾ ਦਿੰਦੇ ਨੇ। ਜੇਲ੍ਹ ਪ੍ਰਸ਼ਾਸਨ ਨੂੰ ਸਾਰਿਆਂ ਦਾ ਮੈਡੀਕਲ ਕਰਾਉਣਾ ਚਾਹੀਦਾ। ਜੇ ਕੋਈ ਵਿਅਕਤੀ ਜੇਲ੍ਹ ਵਿੱਚ ਆਉਣ ਤੋਂ ਬਾਅਦ ਪੋਜ਼ਿਟਿਵ ਹੋ ਜਾਂਦਾ ਹੈ ਤਾਂ ਇਸ ਸੰਬੰਧੀ ਜਾਂਚ ਕਰਾਉਣੀ ਚਾਹੀਦੀ ਹੈ। ਗਵਾਂਢੀ ਮੁਲਕ ਪਾਕਿਸਤਾਨ ਵਿੱਚ ਪੱਛਮੀ ਪੰਜਾਬ ਦੇ ਸ਼ਹਿਰ ਕਸੂਰ ਵਿੱਚ ਇੱਕ ਬਾਲੜੀ ਨਾਲ ਬਦਸਲੂਕੀ ਤੋਂ ਬਾਅਦ ਉਸ ਦੇ ਕਤਲ ਦੀ ਘਟਨਾ ਦਾ ਮੁੱਖ ਮੁਲਜ਼ਮ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਪਹਿਲਾਂ ਪੁਲਿਸ ਨੇ ਕਰੀਬ 1000 ਲੋਕਾਂ ਦਾ DNA ਟੈਸਟ ਕੀਤਾ। ਪੁਲਿਸ ਨੇ ਮੁਲਜ਼ਮ ਇਮਰਾਨ ਅਲੀ ਨੂੰ ਗ੍ਰਿਫਤਾਰ ਲੈਣ ਦੀ ਪੁਸ਼ਟੀ ਕੀਤੀ ਹੈ। ਮੁਲਜ਼ਮ ਪੀੜਿਤ ਬੱਚੀ ਜੈਨਮ ਦਾ ਗਵਾਂਢੀ ਦੱਸਿਆ ਗਿਆ। ਉਸਨੇ ਪੜਤਾਲੀਆ ਟੀਮ ਅੱਗੇ ਆਪਣਾ ਜੁਰਮ ਕਬੂਲ ਕਰ ਲਿਆ ਹੈ। ਇਮਰਾਨ ਅਲੀ ਨੂੰ ਕਰੀਬ 2 ਹਫ਼ਤੇ ਪਹਿਲਾਂ ਵੀ ਹਿਰਾਸਤ ਵਿੱਚ ਲਿਆ ਸੀ, ਪਰ ਜੈਨਮ ਦੇ ਪਰਿਵਾਰ ਵਾਲੇ ਅਤੇ ਉਸ ਤੇ ਸ਼ੱਕ ਨਾ ਕਰਨ ਕਰਕੇ ਉਸ ਨੂੰ ਛੱਡ ਦਿੱਤਾ ਗਿਆ ਸੀ। ਚੰਡੀਗੜ੍ਹ ਤੋਂ ਖਬਰ। ਮੈਡੀਕਲ ਕੌਂਸਲ ਆਫ ਇੰਡੀਆ ਜਿਹਨੂੰ MCI ਆਖਦੇ ਹੈ, ਉਸਨੇ ਪੰਜਾਬ ਮੈਡੀਕਲ ਕੌਂਸਲ PMC ਦੇ ਪ੍ਰਧਾਨ ਦੀ ਰਜਿਸਟ੍ਰੇਸ਼ਨ ਰੱਦ ਕਰ ਦਿੱਤੀ ਹੈ, ਜੋ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਲਈ ਵੱਡੀ ਨਮੋਸ਼ੀ ਵਾਲੀ ਗੱਲ ਹੈ। ਦੱਸਣਯੋਗ ਹੈ PMC ਪ੍ਰਧਾਨ ਸੂਬ ਵਿੱਚ ਸਾਰੇ ਮੈਡੀਕਲ ਪ੍ਰੈਕਟੀਸ਼ਨਰ ਨੇ, ਉਹ 40,000 ਤੋਂ ਵੱਧ ਨੇ। ਉਸਨੂੰ ਇਹਨਾਂ ਦੀ ਜਿਹੜੀ ਰਜਿਸਟਰੀ ਕਰਨੀ ਹੁੰਦੀ ਹੈ ਉਹਦੇ ਵਾਸਤੇ ਜ਼ਿੰਮੇਵਾਰ ਹੈ। ਬਠਿੰਡਾ ਤੋਂ ਖਬਰ। ਕੈਪਟਨ ਸਰਕਾਰ ਨੇ ਸ਼ਰਾਬ ਟੈਕਸ ਨੂੰ ਜੱਫਾ ਮਾਰ ਲਿਆ ਹੈ, ਜਿਸ ਕਰਕੇ ਇਹ ਹਜ਼ਾਰਾਂ ਮੁਲਾਜ਼ਮਾਂ ਦੀ ਤਨਖਾਹ 'ਤੇ 60% ਕਾਟਾ ਲੱਗ ਗਿਆ ਹੈ। ਪੰਜਾਬ ਸਰਕਾਰ ਵੱਲੋਂ ਪੰਚਾਇਤ ਸਮਿਤੀਆਂ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਮੁਲਾਜ਼ਮਾਂ ਨੂੰ ਸ਼ਰਾਬ ਟੈਕਸ ਵਿੱਚੋਂ ਤਨਖਾਹ ਦਿੱਤੀ ਜਾਂਦੀ ਹੈ। ਵਿੱਤ ਵਿਭਾਗ ਹਰ ਵਰੇ 4 ਕਿਸ਼ਤਾਂ ਵਿੱਚ ਇਹ ਪੈਸਾ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਨੂੰ ਜਾਰੀ ਕਰਦਾ ਹੈ। ਐਤਕੀ ਜਾਰੀ 3ਜੀ ਤਿਮਾਹੀ ਦੀ ਕਿਸ਼ਤ ਵਿੱਚ ਮੁਲਾਜ਼ਮਾਂ ਦੀ ਤਨਖਾਹ ਉੱਤੇ 60% ਕੱਟ ਲਾ ਦਿੱਤਾ ਗਿਆ ਹੈ। ਬਹੁਤੇ ਮੁਲਾਜ਼ਮਾਂ ਨੂੰ ਤਾਂ 6-6 ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ। ਨਵੀਂ ਦਿੱਲੀ ਤੋਂ ਖਬਰ। CBI ਦੇ ਵਿਸ਼ੇਸ਼ ਜੱਜ BH ਲੋਆ ਦੀ ਮੌਤ ਨਾਲ ਸੰਬੰਧਿਤ ਪਟੀਸ਼ਨਾਂ 'ਚ ਉਠਾਏ ਗਏ ਤੌਖਲਿਆਂ ਨੂੰ ਸੁਪਰੀਮ ਕੋਰਟ ਨੇ ਗੰਭੀਰ ਕਰਾਰ ਦਿੱਤਾ ਹੈ, ਪਰ ਸੀਨੀਅਰ ਵਕੀਲ ਵੱਲੋਂ ਭਾਜਪਾ ਪ੍ਰਧਾਨ ਅਮਿਤ ਸ਼ਾਹ ਦਾ ਨਾਮ ਕੇਸ ਵਿੱਚ ਘੜੀਸੇ ਜਾਣ 'ਤੇ ਉਸਨੂੰ ਤਾੜਨਾ ਕੀਤੀ ਹੈ। ਸੁਪਰੀਮ ਕੋਰਟ ਜਿਸਨੇ ਲੋਆ ਦੀ ਮੌਤ ਨਾਲ ਸੰਬੰਧਿਤ ਸਾਰੇ ਦਸਤਾਵੇਜ਼ਾਂ ਨੂੰ ਗੰਭੀਰਤਾ ਨਾਲ ਘੋਖਣ ਦਾ ਫੈਸਲਾ ਲਿਆ ਹੈ। ਉਸਨੇ ਸੀਨੀਅਰ ਵਕੀਲ ਇੰਦਰਾ ਜੈਸਿੰਘ ਦੇ ਉੱਤੇ ਵੀ ਨਾਰਾਜ਼ਗੀ ਦਿਖਾਈ ਹੈ, ਜਿਨ੍ਹਾਂ ਸੁਣਵਾਈ ਦੌਰਾਨ ਦਲੀਲ ਦਿੱਤੀ ਕਿ ਭਵਿੱਖ 'ਚ ਸਿਖਰਲੀ ਅਦਾਲਤ ਵੱਲੋਂ ਕੇਸ ਦੇ ਸੰਬੰਧ 'ਚ ਮੀਡੀਆ ਦੀ ਸੰਘੀ ਕੁੱਟੀ ਜਾ ਸਕਦੀ ਹੈ। ਖਬਰ ਚੰਡੀਗੜ੍ਹ ਤੋਂ। ਪੰਜਾਬ ਸਰਕਾਰ ਵੱਲੋਂ ਇਸ ਵਾਰੇ ਨਵੀਂ ਦਿੱਲੀ ਦੇ ਗਣਤੰਤਰ ਦਿਵਸ ਸਮਾਗਮ ਮੌਕੇ ਸੰਗਤ ਅਤੇ ਪੰਗਤ ਵਿਸ਼ੇ 'ਤੇ ਆਧਾਰਿਤ ਝਾਕੀ ਪੇਸ਼ ਕੀਤੀ ਜਾ ਰਹੀ ਹੈ, ਜੋ ਮਨੁੱਖਤਾ ਅਤੇ ਫਿਰਕੂ ਸਦਭਾਵਨਾ ਨੂੰ ਰੂਪਮਾਨ ਕਰੇਗੀ। ਲੱਖਾਂ ਲੋਕ ਇਸ ਨੂੰ ਦੇਖਣਗੇ। ਸਰਕਾਰੀ ਬੁਲਾਰੇ ਨੇ ਦੱਸਿਆ, ਗਣਤੰਤਰ ਦਿਵਸ ਦੀ ਪਰੇਡ ਮੌਕੇ ਸੰਗਤ ਅਤੇ ਪੰਗਤ ਦੇ ਰੂਪ ਵਿੱਚ ਪੇਸ਼ ਕੀਤੀ ਜਾਣ ਵਾਲੀ ਪੰਜਾਬ ਸਰਕਾਰ ਦੀ ਝਾਕੀ ਗੁਰੂ ਸਾਹਿਬਾਨ ਦੀਆਂ ਸਮੁੱਚੀ ਲੁਕਾਈ ਦੇ ਇੱਕ ਹੋਣ ਦੀਆਂ ਸਿੱਖਿਆਵਾਂ ਦਾ ਪ੍ਰਗਟਾਵਾ ਕਰੇਗੀ। ਝਾਕੀ ਵਿੱਚ ਦਰਸਾਇਆ ਜਾਏਗਾ ਕਿਵੇਂ ਸਮੁੱਚੀ ਸੰਗਤ ਭਾਵ ਲੋਕ ਬਿਨਾਂ ਕਿਸੇ ਧਰਮ, ਜਾਤ, ਨਸਲ ਜਾਂ ਨਕਲ, ਰੰਗ ਭੇਦ ਭਾਵ ਤੋਂ ਪੰਗਤ ਭਾਵ ਇੱਕ ਕਤਾਰ 'ਚ ਬਹਿ ਕੇ ਲੰਗਰ ਛਕਦੇ ਨੇ। ਔਰ ਝਾਕੀ ਦੇ ਪਿੱਛੇ ਸ਼ਬਦ ਕਦਨ ਕੀਰਤਨ ਜਿਹੜਾ ਕੀਤਾ ਪਦਮ ਸ਼੍ਰੀ ਭਾਈ ਨਿਰਮਲ ਸਿੰਘ ਖਾਲਸਾ ਵੱਲੋਂ ਕੀਤਾ ਗਿਆ। ਖਬਰਾਂ ਆਈਆਂ ਨੇ ਪਾਕਿਸਤਾਨ ਤੋਂ। RS ਪੁਰਾ ਜੰਮੂ ਤੋਂ ਖਬਰ। ਸਰਹੱਦ ਉੱਤੇ ਪਾਕਿਸਤਾਨ ਵਾਲੇ ਪਾਸਿਓਂ ਹੁੰਦੀ ਗੋਲਾਬਾਰੀ ਦੇ ਸਹਿਮ ਹੇਠ ਜਿਉਣ ਲਈ ਮਜਬੂਰ ਅਤੇ ਅਕਸਰ ਆਪਣੇ ਘਰ ਬਾਹਰ ਛੱਡ ਕੇ ਸੁਰੱਖਿਅਤ ਥਾਵਾਂ 'ਤੇ ਹਿਜਰਤ ਕਰ ਜਾਣ ਵਾਲੇ ਲੋਕ ਅੱਜ ਵੀ ਘਰ ਪੱਤਣ ਤੋਂ ਡਰਦੇ ਨੇ। ਇਹਨਾਂ ਦੀ ਮੰਗ ਹੈ ਕਿ ਉਹਨਾਂ ਨੂੰ ਵਾਅਦੇ ਮੁਤਾਬਕ ਸੁਰੱਖਿਅਤ ਜ਼ੋਨਾਂ 'ਚ ਜ਼ਮੀਨ ਦੇ ਟੁਕੜੇ ਦੇ ਨਾਲ ਬੰਕਰਾਂ ਦੀ ਉਸਾਰੀ ਕਰਕੇ ਦਿੱਤੀ ਜਾਏ। ਮੰਗ ਕਰਨ ਵਾਲੇ ਵੱਡੀ ਗਿਣਤੀ ਲੋਕ ਰਾਜ ਸਰਕਾਰ ਵੱਲੋਂ ਸਰਹੱਦੀ ਲੋਕਾਂ ਲਈ ਬਣਾਏ ਰਾਹਤ ਕੈਂਪਾਂ ਵਿੱਚ ਰਹਿ ਰਹੇ ਨੇ। ਕੱਲ੍ਹ ਪੰਜਾਬ ਸਮੇਤ ਉੱਤਰ ਭਾਰਤ ਦੇ ਕਈ ਸੂਬਿਆਂ ਵਿੱਚ ਮੀਂਹ ਕਰਕੇ ਠੰਡ ਨੇ ਲੋਕਾਂ ਨੂੰ ਕਾਂਬਾ ਛੇੜ ਦਿੱਤਾ। ਮੀਂਹ ਨਾਲ ਹਵਾ ਵਿੱਚ ਠਾਰ ਵੱਧ ਗਈ। ਕਿਸਾਨਾਂ ਦੇ ਚਿਹਰੇ ਖਿੜ ਗਏ ਨੇ। ਕਿਸਾਨ ਖੇਤੀ ਲਈ ਇਸ ਬਾਰਿਸ਼ ਨੂੰ ਕਾਫ਼ੀ ਮਫੀਦ ਮੰਨ ਰਹੇ ਨੇ। ਪੰਜਾਬ ਵਿੱਚ ਸਭ ਤੋਂ ਵੱਧ ਵਰਖਾ ਲੁਧਿਆਣਾ ਵਿੱਚ 24 ਮਿਲੀਮੀਟਰ ਦਰਜ ਕੀਤੀ। 18 ਮਿਲੀਮੀਟਰ ਨਾਲ ਪਟਿਆਲਾ ਦੂਜੇ ਸਥਾਨ 'ਤੇ ਰਿਹਾ। ਪਹਾੜਾਂ ਵਿੱਚ ਬਰਫ਼ਬਾਰੀ ਅਤੇ ਮੈਦਾਨੀ ਇਲਾਕਿਆਂ ਵਿੱਚ ਵਰਖਾ ਅਤੇ ਠੰਡੀਆਂ ਹਵਾਵਾਂ ਦਾ ਅਸਰ ਤਾਪਮਾਨ ਵਿੱਚ ਵੀ ਦੇਖਣ ਨੂੰ ਮਿਲਿਆ ਹੈ। ਵਰਖਾ ਨਾਲ ਪੰਜਾਬ ਵਿੱਚ ਠੰਡ ਮੁੜ ਪਰਤ ਆਈ। ਦਿਨ ਦੇ ਤਾਪਮਾਨ ਵਿੱਚ 9 ਡਿਗਰੀ ਸੈਲਸੀਅਸ ਤੱਕ ਗਿਰਾਵਟ ਆਈ ਹੈ। ਕੁਝ ਦਿਨ ਸਵੇਰੇ ਸ਼ਾਮ ਧੁੰਦ ਪੈਣ ਦੇ ਆਸਾਰ ਨੇ। 13 ਦਸੰਬਰ ਤੋਂ ਬਾਅਦ ਨਾ ਤਾਂ ਮੀਂਹ ਪਿਆ ਸੀ ਅਤੇ ਨਾ ਹੀ ਪਹਾੜਾਂ ਵਿੱਚ ਬਰਫ਼ਬਾਰੀ ਹੋਈ ਸੀ। ਮੀਂਹ ਨਾਲ ਕਣਕ ਦੀ ਫਸਲ, ਸਬਜ਼ੀਆਂ ਅਤੇ ਫਲਾਂ ਨੂੰ ਲਾਭ ਪਹੁੰਚੇਗਾ। ਕੱਲ੍ਹ ਤੋਂ ਪੰਜਾਬ ਅਤੇ ਇਸ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਕਿਣਮਣ ਹੋ ਰਹੀ ਹੈ। ਬੱਦਲਵਾਈ ਬਣੀ ਹੋਈ ਹੈ। ਕਈ ਥਾਈਂ ਹਲਕੀ ਬੂੰਦਾਬਾਂਦੀ ਹੋਈ ਹੈ। ਕਈ ਥਾਈਂ ਦਰਮਿਆਨੀ ਬਾਰਿਸ਼ ਨੇ ਰੁੱਖਾਂ ਅਤੇ ਮਨੁੱਖਾਂ ਦੀ ਖੁਸ਼ਕੀ ਚੱਕ ਦਿੱਤੀ ਹੈ। ਕਣਕਾਂ ਦੀ ਜ਼ਹਿਰ ਵੀ ਧੋ ਦਿੱਤੀ ਹੈ। ਪਸ਼ੂਆਂ ਦਾ ਨੀਰਾ ਚਾਰਾ ਵੀ ਨਿਖਰ ਗਿਆ ਹੈ। ਅੱਜ ਬਦਲਵਾਈ ਅਤੇ ਕਿਣ ਮਿਣੇ ਮੌਸਮ ਨੇ ਠੇਕਿਆਂ ਉੱਤੇ ਲੋਕਾਂ ਦੀਆਂ ਭੀੜਾਂ ਜੋੜ ਦਿੱਤੀਆਂ। ਮੀਟਾਂ ਦੀਆਂ ਦੁਕਾਨਾਂ ਉੱਤੇ ਛੇਤੀ ਛੇਤੀ ਮੀਟ ਮੁੱਕ ਗਿਆ। ਹੁਣ ਵੀ ਹਲਕੀ ਹਲਕੀ ਕਿਣਮਣ ਜਾਰੀ ਹੈ ਔਰ ਮੌਸਮੀ ਮਾਹਰਾਂ ਮੁਤਾਬਕ ਕੱਲ੍ਹ ਤੱਕ ਮੌਸਮ ਭਿੱਜਾ ਭਿੱਜਾ ਰਹੇਗਾ। ਇਹ ਮੀਂਹ ਕਣਕਾਂ ਲਈ ਦੇਸੀ ਘਿਓ ਵਰਗਾ ਸਿੱਧ ਹੋਵੇਗਾ। ਮਨੁੱਖਾਂ ਲਈ ਵੀ ਇਸ ਗੱਲੋਂ ਫਾਇਦੇਮੰਦਾ ਹੋਏਗਾ ਇਹ ਮੀਂਹ, ਕਿਉਂਕਿ ਵਾਇਲਡ ਯਾਨੀ ਖੰਘ, ਬੁਖਾਰ, ਜ਼ੁਕਾਮ ਔਰ ਗਲਾ ਖਰਾਬ ਵਰਗੀਆਂ ਨਿੱਕੀਆਂ ਮੋਟੀਆਂ ਬਿਮਾਰੀਆਂ ਬਿਨਾਂ ਮੈਡੀਸਿਨ ਲਏ ਭੱਜ ਜਾਣਗੀਆਂ। ਮੀਂਹ ਤੋਂ ਬਾਅਦ ਧੁੰਦ ਪੈਣ ਦੀ ਸੰਭਾਵਨਾ ਵੀ ਪ੍ਰਗਟ ਕੀਤੀ ਜਾ ਰਹੀ ਹੈ।
ਅੱਜ ਦੇ ਪ੍ਰੋਗਰਾਮ ਵਿੱਚ ਬਸ ਇੰਨਾ ਹੀ, ਕੱਲ੍ਹ ਫਿਰ ਮਿਲਾਂਗੇ, ਸਤਿ ਸ਼੍ਰੀ ਅਕਾਲ।